ਬਸ ਫਿਰ ਰੋਟੀ ਪਾਣੀ ਦਾ ਟਾਈਮ ਹੋ ਜਾਣਾ। ਅੱਜ ਤੇ ਉਹਨੂੰ ਪਤਾ ਵੀ ਨੀ, ਕੱਲ ਤੇ ਬੜਾ ਪਨੀਰਾਂ ਦੀ ਬਣਾਉਣਾ ਤੇ ਅੱਜ ਕੀ ਬਣਾਉਣਾ ਵਾ। ਅੱਜ ਦੀਦੀ ਦਾ ਕੀ ਬਣਾਉਣਾ, ਮੁੰਡਾ ਦਾ ਗੁਆਂਢੀਆਂ ਕਦੀ ਗਈ ਸੀਗੀ, ਆ ਗਈ ਹੋਵੇ ਤੇ ਆ ਹੀ ਗਈ ਹੋਵੇ ਤੇ ਸਮਾਣੀ ਅੱਜ ਕੀ ਕਲੰਮੇ ਪਈ। 4 ਵੱਜ ਗਏ ਆ ਨਾ, ਨਿਆਣਿਆਂ ਨਿਆਣਿਆਂ ਨੂੰ ਉੱਠ ਕੇ ਰੋਟੀ ਟੁੱਕ ਦਿੱਤਾ, ਉਹ ਵੀ ਮੇਰੇ ਤੋਂ ਮੰਗ ਕਿਤੇ ਚੱਲ ਇਸ ਚ ਪੱਖੇ ਖੰਜੀ ਕਰਕੇ ਸਿਰ ਬੰਨ ਕਿਤੇ ਪੈ ਗਈ ਆ। ਆ ਚੰਗਾ ਨਵਾਂ ਪਖੰਡ ਕੱਢ ਲਿਆ ਇਹਨੇ, ਮੈਂ ਵੀ ਆਪਣੇ ਦੀਦੀ ਕੰਮ ਵਾਲੀ ਲੱਗੀ ਪ੍ਰੀਤ ਵੇਖ ਸਵੇਰ ਦੀ ਮੈਂ ਕਪਾ ਕਰਦੀ ਆ, ਤੈਨੂੰ ਪਤਾ ਵੀ ਆ ਕਿ ਆਪਣੀ ਦੀਦੀ ਆਈ ਆ ਰੋਟੀ ਪਾਣੀ ਕਰਨਾ, ਪਹਿਲਾਂ ਸਵੇਰ ਦਾ ਤੂੰ ਸਿਰ ਬੰਨ ਕੇ ਪਈ ਆ, ਤੈਨੂੰ ਪਤਾ ਨੀ ਵੀ ਕੰਮ ਵੱਧ ਜਾਂਦਾ ਜਦੋਂ ਕੋਈ ਆਇਆ ਹੋਵੇ। ਹੁਣ ਤੂੰ ਫਿਰਨ ਲੱਗੀ ਤੂੰ ਵੀ ਵਰਗੀ, ਉਦੋਂ ਤੇਰੇ ਕੋਈ ਸਿਰ ਨਹੀਂ ਸੀ ਗਈ ਲਾਗੇ ਮੁੰਡੇ ਨੂੰ ਕੰਮ ਪੁੱਛਣ ਗਈ ਸੀ, ਅੱਜ ਕਦੇ ਸਕੂਲ ਨਹੀਂ ਸੀ ਗਿਆ, ਸਾਰੀ ਦਿਹਾੜੀ ਤੂੰ ਕੰਮ ਪੁੱਛਣ ਤੇ ਲਾਤੀ ਤੇ ਘਰ ਦਾ ਕੰਮ ਕਿੰਨੇ ਕਰਨਾ ਵਾ। ਤੇ ਦੀਦੀ ਵਰਦੀ ਕਿਉਂ ਨਹੀਂ ਧੋਤੀ, ਰੋਜ਼ ਤੁਸੀਂ ਮੇਰੀ ਵਰਦੀ ਧੋ ਦਿੰਦੇ, ਮੈਂ ਤੇ ਆਖਿਆ ਧੋਤੀ ਧੋ ਦਿੰਦੇ ਤੁਸੀਂ ਰੋਜ਼, ਤੇ ਅੱਜ ਵੀ ਧੋਤੀ ਹੋਣੀ। ਵੇਪਰੀਤ ਮੈਂ ਤੇ ਨਹੀਂ ਉਹ ਕਰਨਾ, ਮੈਂ ਤੇ ਆਖਿਆ ਵਾ ਜਿੱਦਾਂ ਵੀ ਉਹ ਆਉਂਦੇ ਵੀ ਆਉਂਦੇ ਅੱਡ ਹੋਣਾ, ਜਿੱਦਾਂ ਵੀ ਹੋਣਾ ਅੱਡ ਹੋਣਾ। ਦੀਦੀ ਮੇਰੇ ਮੂੰਹ ਸੁਣਿਆ ਤੁਸੀਂ ਅੱਡ ਹੋਣ ਦੀ ਗੱਲ ਸੁਣੀ ਕੋਈ ਨਹੀਂ, ਤੇਰੀਆਂ ਗੱਲਾਂ ਹੀ ਅੱਡ ਹੋਣ ਲਈ ਮੂੰਹ ਨਾ ਕੋਈ ਕਹੂ, ਤੁਹਾਨੂੰ ਪਤਾ ਨਹੀਂ ਲੱਗਦਾ ਵੀ ਬੰਦਾ ਕਰਦਾ ਕੀ ਆ, ਰੋਗ ਤੋਂ ਵੀ ਮੈਨੂੰ ਪਤਾ ਲੱਗ ਗਿਆ, ਤੂੰ ਸਿੱਧਾ ਮੂੰਹ ਤੇ ਕਹਿੰਦੀ ਮੈਂ ਅੱਡ ਹੋਣਾ ਵਾ। ਦੀਦੀ ਤੁਹਾਨੂੰ ਹੋ ਕੀ ਗਿਆ, ਮੈਂ ਤੇ ਕਦੀ ਗੱਲ ਹੀ ਨਹੀਂ ਕੀਤੀ ਤੁਹਾਨੂੰ, ਤੇ ਠੀਕ ਆ ਦੀਦੀ ਜੇ ਨਹੀਂ ਨਾ ਲੱਗੀਆਂ ਸੋਚਣਾ ਤੇ ਚੋ ਕੇ ਮੱਝਾਂ ਤੇ ਰੋਟੀਆਂ ਲਾ ਲਿਓ ਆਪਣੀ, ਏਦਾਂ ਤੇ ਫਿਰ ਏਦਾਂ ਹੀ ਸਹੀ। ਚਲ ਕੋਈ ਨਹੀਂ, ਏਦਾਂ ਹੀ ਸਹੀ ਆਈ ਹੈ ਦੀਦੀ, ਉਹਨੂੰ ਮੈਂ ਆਖਿਆ ਵੀ ਅੱਡ ਕਰਾ ਕੇ ਜਾਣੀ, ਅੱਡ ਕਰਾ ਦੂ ਆਪਾਂ ਨੇ। ਅੱਛਾ ਤੇ ਸ਼ੁਰੂਆਤ ਤੁਸੀਂ ਅੱਡ ਹੋਣ ਦੀ ਆਪ ਕੀਤੀ ਆ ਨਾ, ਜੇ ਆਏ ਨਾ ਘਰੇ ਵੀਰ ਆਇਆ ਨਾ ਭਾਜੀ, ਉਹਨੂੰ ਮੈਂ ਕਹਿ ਦੇਣਾ ਵੀ ਗੱਲ ਤੁਸੀਂ ਅੱਡ ਹੋਣ ਦੀ ਕੀਤੀ, ਮੈਂ ਨਹੀਂ ਕੀਤੀ, ਫਿਰ ਨਾ ਮੇਰੇ ਸਿਰ ਤੇ ਸਾਰਾ ਕੁਝ ਸੁਣ ਲਓ। ਮੂੰਹ ਨਾ ਕਵੇਂਗੀ ਪ੍ਰੀਤ, ਉਦਾਂ ਤੇਰੇ ਵੀ ਸਿਰਫ ਸਾਰੇ ਰਾਧੇ ਤੇਰੇ ਵੀ ਅੱਡ ਹੋਣ ਦੀ, ਤੂੰ ਸਿੱਧਾ ਮੂੰਹ ਕਹਿੰਦੀ ਦੀ ਮੈਂ ਜਿਹੜਾ ਕੰਮ ਕਰਦੀ ਆ ਨਾ ਤੁਹਾਡਾ ਨਾਲ ਕਰਦੀ, ਮੈਂ ਜਿਹੜਾ ਕੰਮ ਕਰਦੀ ਆ ਨਾ ਹਮੇਸ਼ਾ ਤੁਹਾਡਾ ਨਾਲ ਕਰਦੀ, ਜੇ ਮੈਂ ਲੀੜਾ ਧੋਵਾਂ ਤੁਹਾਡੇ ਨਿਆਣੇ ਦਾ ਨਾਲ ਧੋਣੀ, ਤੁਸੀਂ ਅੱਜ ਪਹਿਲਾਂ ਸ਼ੁਰੂਆਤ ਕਰਤੀ ਆਪਣੇ ਨਿਆਣੇ ਦੀ ਯੂਨੀਫਾਰਮ ਧੋੜੀ ਤੇ ਮੇਰੇ ਮੁੰਡੇ ਦੀ ਯੂਨੀਫਾਰਮ ਨਹੀਂ ਧੋਤੀ, ਤੇ ਹੁਣ ਇਹਦਾ ਤੇ ਇਦਾਂ ਸਹੀ ਮੈਂ ਰੋਟੀਆਂ ਲਾਉਣ ਲੱਗੀ, ਆਪਣੀ ਰੋਟੀਆਂ ਆਉਂਦੀ ਤੇ ਲਾਲੇ, ਬੇਸ਼ੱਕ ਮੇਰਾ ਦੁੱਧ ਨਾ ਚੋਰੇ, ਮੈਂ ਆਪੇ ਚੋਰ ਆਪ ਹੀ ਚੋਰ ਲਿਆ ਵੀ ਫਿਰ ਕੋਈ ਨਹੀਂ, ਮੈਂ ਚੋਰੋ ਜੇ ਰੋਟੀਆਂ ਲਾ ਸਕਦੇ ਤਾਂ ਦੁੱਧ ਨਹੀਂ ਚੋ ਸਕਦੇ, ਪਖੰਡ ਜੇ ਕਰਦੀ ਨਾ ਕੋ ਗੱਲ ਹੋਈ ਨਾ ਕੋ ਬਾਤ ਹੋਈ, ਬਿਨਾਂ ਗੱਲ ਤੋਂ ਅੱਡ ਹੋਣ ਤਾਂ ਘਰੇ ਆਉਂਦੇ, ਮੈਂ ਦੱਸਦੇ ਨਹੀਂ ਸਾਫ ਸਾਫ, ਇਹਨਾਂ ਦਾ ਇਰਾਦਾ ਹੀ ਨਹੀਂ ਇਕੱਠੇ ਰਹਿਣ ਦਾ, ਇਹਨਾਂ ਦਾ ਇਰਾਦਾ ਅੱਡ ਹੋਣ ਦਾ, ਚੱਲ ਕੋਈ ਇਹਨਾਂ ਨੂੰ ਵੇਖ ਲੈਂਦੇ ਕਿੰਨਾ ਕੁ ਚਾਅ ਚੜਿਆ ਅੱਡ ਹੋਣ ਦਾ, ਹੋ ਕੇ ਵੇਖ ਲੈ ਆਹੋ ਜਿਹੜਾ ਮੈਂ ਆਪਣਾ ਕੰਮ ਕਰੀ ਜਾਣੀ ਉਹ ਆਪਣਾ ਕਰੀ ਜਾਣੀ, ਇੱਦਾਂ ਤੇ ਇੱਦਾਂ ਸਹੀ ਬੈਠੀ ਰਹਿੰਦੀ ਹੈ ਨਾ, ਮੇਰਾ ਮੜਕਾ ਵਾ ਵੀ ਮੈਨੂੰ ਗਾਲਾਂ ਫੜਾਊਗੀ ਵੀ ਮੈਂ ਅੱਡ ਹੋਣਾ, ਨਾ ਆਪਣੇ ਕਿਸੇ ਨੇ ਅੱਡ ਹੋਣ ਦਾ ਨਹੀਂ ਲੈਣ ਦੇ ਹੀ ਉਹਨਾਂ ਦਾ, ਤਾਂ ਵਿੱਚੋਂ ਚਾਹੁੰਦੀ ਹੈ ਕਿ ਮੈਂ ਅੱਡ ਹੋਣਾ, ਤੇ ਅੱਡ ਹੋਣਾ ਤਾਂ ਤੂੰ ਬੰਦਿਆਂ ਤਰ੍ਹਾਂ ਕਹਿ ਮੈਂ ਅੱਡ ਹੋਣਾ, ਨਹੀਂ ਤੇਰਾ ਇਰਾਦਾ ਕੁਛ ਮੈਂ ਤੇ ਆਹ ਨਹੀਂ ਕੁਛ ਬਣ ਜਾਂਦਾ, ਮੈਨੂੰ ਇਹ ਵੀ ਨਹੀਂ ਲੱਗਦਾ, ਮੈਨੂੰ ਤਾਂ ਇਹ ਵੀ ਲੱਗਦਾ ਸੀ ਇਹ ਵੀ ਐਂ ਚਾਹੁੰਦੀ ਹੈ ਵੀ ਚੱਲ ਕੱਠ 'ਚ ਕੁਛ ਬਣਨਾ ਵਾ, ਪਰ ਮੈਨੂੰ ਕੀ ਪਤਾ ਸੀ ਇਹਦੇ ਢਿੱਡ ਦਾ ਵੀ ਫਿਰ ਕਿਆ ਗੱਲਾਂ ਨਹੀਂ, ਦੇਖ ਕਿਤੇ ਮੇਸ ਨਹੀਂ ਆ, ਸਾਰੀ ਉਮਰ ਮੈਨੂੰ ਪਾਗਲ ਬਣਾ ਛੱਡਿਆ, ਮੈਨੂੰ ਕਿਤੇ ਇਹਦੇ ਇਰਾਦਿਆਂ ਦਾ ਪਤਾ ਹੀ ਨਹੀਂ ਲੱਗਾ ਵੀ ਆਹ ਇਹ ਕੰਮ ਕਾਰੇ ਕਰਨ ਦੇ ਹੀ ਆ ਵੀ ਮੈਂ ਅੱਡ ਹੋਣਾ, ਘਰ ਘਰ ਗੱਲਾਂ, ਦੱਸ ਦੀਦੀ ਕੋ ਕੀ ਕਰਨ ਪਈ, ਤੂੰ ਮੇਰੇ ਮੂੰਹ ਤੇ ਕਰ, ਜੇ ਅੱਡ ਹੋਣਾ ਤਾਂ ਤੂੰ ਬੰਦਿਆਂ ਤਰ੍ਹਾਂ ਹੋ, ਤੇ ਆਪਾਂ ਕਿਸੇ ਗੱਲ ਦਾ ਵੀ ਨਹੀਂ ਇਸਨੇ ਕਿਸੇ ਬੰਨੇ ਲੱਗਣ ਦੇਣਾ, ਕੰਮ ਹੁੰਦਾ ਕਿੱਥੋਂ ਕੰਮ ਕਰਾਂ, ਤਾਂ ਇੰਨੇ ਚਿਰ ਦਾ ਸਾਰਾ ਕੰਮ ਕਰਦੀ, ਅੱਜ ਪਤਾ ਨਹੀਂ ਮੈਨੂੰ ਕੀ ਬਿਮਾਰੀ ਪੈ ਗਈ, ਸਵੇਰ ਦਾ ਮੱਥਾ ਬੰਨ ਕੇ ਪਈ ਆ, ਦੱਸ ਗੁਆਂਢੀਆਂ ਘਰੇ ਫਿਰਨ ਨੂੰ ਵੀਹਾਂ ਵਰਗੀਆਂ, ਤੇ ਤੂੰ ਘਰੇ ਕੰਮ ਨਹੀਂ ਕੀਤਾ ਜਾਂਦਾ, ਤੈਨੂੰ ਪਤਾ ਵੀ ਜੇ ਆ ਜਾਵੇ ਕੋਈ ਭਾਵੇਂ ਇੱਕ ਆਵੇ ਭਾਵੇਂ ਦੋ, ਕੰਮ ਤੇ ਉਹੀ ਵੱਧ ਹੀ ਜਾਂਦਾ, ਕੋਈ ਛੱਡੇ ਨੀਰੇ ਨੇ ਕਈ ਲੱਗਿਆ, ਮੈਂ ਕਿਹਾ ਅਮਰੂਦ ਖਾ ਕੇ ਆਉਣੀ, ਮੇਰਾ ਤਾਂ ਜੀ ਬੜਾ ਕਰਨ ਦਿਆ, ਆਹ ਘਰੇ ਲੜਾਈ ਪਈ ਤੇ ਕਲੇਜੇ 'ਚ ਠੰਡੀ ਪਈ ਹੋਈ, ਮੰਮਾ ਤੂੰ ਕਦੋਂ ਬਣਾਈ ਹੈ,
ਨਾ ਨਾ ਮੈਂ ਦੇਖਾ ਤੁਸੀਂ ਕੰਮ ਕਰਨ ਦਈ ਆ ਤੇ ਮੇਰਾ ਤਾਂ ਅਮਰੂਦ ਖਾਣ ਨੂੰ ਬੜਾ ਜੀ ਕਰਨਾ ਤੇ ਅਮਰੂਦ ਤੇ ਇੱਕ ਵੀ ਹੈ ਨੀ ਗਾ ਨਾ ਅਮਰੂਦ ਕਿੱਥੇ ਨਿਆਣੇ ਸਾਰੇ ਤੋੜ ਤਾੜ ਲੈਂਦੇ ਕਿਤੇ ਵੀ ਨਹੀਂ ਲੱਗਣ ਦਿੰਦੇ ਰਹਿਣ ਕੀ ਗੱਲ ਤੂੰ ਤਾਂ ਬੜੀ ਸਾਈਡ ਜੀ ਲੱਗਣ ਦਈ ਕੀ ਗੱਲ ਹੋਈ ਆ ਸਾਈਡ ਜੀ ਕਿਦੀ ਤੈਨੂੰ ਪਤਾ ਤਾਂ ਹੈਗਾ ਹੀ ਆ ਸਵੇਰ ਪਰ ਮੇਰੀ ਗੱਲ ਸੁਣ ਪਹਿਲਾਂ ਤੁਸੀਂ ਕਿੰਨਾ ਵੇਲੀ ਚ ਖਲਾਰਾ ਪਾਇਆ ਚੁੱਕਿਆ ਕਰੋ ਹਾਂ ਕੀ ਕਰਦੀਆਂ ਰਹਿੰਦੀਆਂ ਘਰੇ ਚੌਂਕੀ ਚ ਕੀ ਸੱਕ ਸਾਈ ਕਰੀ ਜਾਂਦੀਆਂ ਜੇ ਸਾਰਾ ਦਿਨ ਤੈਨੂੰ ਪਤਾ ਵੀ ਨਿਆਣਿਆਂ ਦੇ ਨਾਲ ਦੀਦੀ ਅੱਜ ਟਾਈਮ ਨਹੀਂ ਲੱਗਦਾ ਰਿਹਾ ਜਿੰਨਾ ਯੋਗ ਕਰ ਲੈਣਾ ਵੀ ਚੱਲ ਕਰ ਲੈ ਦੋ ਜਾਣੀਆਂ ਜੇ ਇਹ ਵੰਡ ਕੇ ਕੰਮ ਕਰਿਆ ਕਰੋ ਉੱਥੇ ਚੌਂਕੇ ਚ ਤਾਂ ਬਾੜੀ ਦਾ ਬੜਾ ਸੀ ਤੇ ਵੱਟ ਚ ਗਰਮੀ ਚ ਤੇਰੇ ਵੀਰ ਵੀ ਆਂਦੇ ਵੀ ਨਾ ਕਰਿਆ ਕਰੋ ਸੋ ਸੱਪ ਸਲਿੱਪੀ ਘਰ ਰਹਿਣ ਦੋ ਵੀ ਆਪੇ ਸਿਆਲਾ ਜੂਗਾ ਤੇ ਹੋ ਜੂਗਾ ਇੰਨੀ ਗਰਮੀ ਚ ਆ ਜਾ ਭੈਣਾ ਆਵੇ ਵੇਲੀ ਤਾਂ ਤੁਸੀਂ ਤਾਂ ਬੁਰਾ ਹਾਲ ਕੀਤਾ ਮੇਰੀ ਵੇਲੀ ਕਿਤੇ ਜਾ ਕੇ ਵੇਖੀ ਜੇ ਤੈਨੂੰ ਤੀਲਾ ਵੀ ਦੇ ਸੀ ਵੇਲੀ ਵੇਖੀ ਜਾ ਕੇ ਕਿਤੇ ਕੱਖ ਨਹੀਂ ਖਿਲ ਰਿਹਾ ਆਵੇਂ ਉਹ ਕਿਤੇ ਮੇਰੇ ਕੋਲ ਦੀਦੀ ਉਹ ਨਿੱਕੀ ਸਵਾਣੀ ਤੇ ਕਿਤੇ ਆਉਂਦੀ ਨਹੀਂ ਵੇਲੀ ਨੂੰ ਕਿਤੇ ਪੈਰ ਨਹੀਂ ਪਾਉਂਦੀ ਕੰਮ ਵੰਡ ਕੇ ਕਰੋ ਵੰਡ ਕੇ ਕਰੋ ਪਰ ਤੁਸੀਂ ਮੇਰੀ ਗੱਲ ਤੇ ਗੌਰ ਨਹੀਂ ਕੀਤਾ ਹਾਰ ਕੇ ਮੈਨੂੰ ਫਿਰ ਤੇ ਦੱਸਣਾ ਹੀ ਪਿਆ ਵੀ ਆਹ ਗੱਲਾਂ ਹੁਣ ਮੱਝ ਚੋਣ ਆ ਗਈ ਆ ਉਹਨੂੰ ਨਾਲ ਲਿਆਉਂਦੀ ਇੱਥੇ ਗੋਹਾ ਕੂੜਾ ਇਕੱਠਾ ਕਰਦੀ ਹੁਣ ਕੱਲੀ ਜਾ ਕੇ ਉੱਥੇ ਭਾਵੇਂ ਚੌਂਕੇ ਦਾ ਬਿਨਾਂ ਕਰੇ ਤੇ ਇੱਥੇ ਵੀ ਤੈਨੂੰ ਕੱਲੀ ਡਾ ਸਕਦੇ ਉਹ ਤੇ ਆਖਣ ਰਹੀ ਹੈ ਦੀਦੀ ਕਿ ਅੱਜ ਹੋਣਾ ਵਾ ਅੱਜ ਦਾ ਫਿਰ ਮੰਮੀ ਜ਼ਿਆਦਾ ਦੇਖ ਰਹੀ ਹੈ ਦਾ ਸਿਰ ਬੰਨ ਕੇ ਪਈ ਤੇਰੇ ਸਾਹਮਣੇ ਹੁਣ ਉੱਠ ਕੇ ਤੇ ਗਵਾਂਢੀਆਂ ਘਰੋਂ ਤੋਰ ਆਈ ਆ ਤੇ ਹੁਣ ਮੈਨੂੰ ਉਹ ਫਿਰ ਉਹਦਾ ਸਿਰ ਕਿੱਧਰ ਗਿਆ ਤੂੰ ਆਪ ਸਿਆਣੀ ਆ ਜੇ ਸਿਰ ਪੀੜ ਹੁੰਦਾ ਲੋਕਾਂ ਘਰੇ ਫਿਰ ਲੱਗਿਆ ਸਿਰ ਨਹੀਂ ਪੀੜ ਹੁੰਦਾ ਤੇਰਾ ਦਿਮਾਗ ਨਹੀਂ ਕੰਮ ਕਰਦਾ ਗਾ ਮੈਨੂੰ ਸਮਝ ਹੀ ਹੋਣ ਆਈ ਆ ਦੀਦੀ ਮੈਨੂੰ ਤਾਂ ਪਹਿਲਾਂ ਪਤਾ ਹੀ ਕਮਲੀ ਬਣ ਕੇ ਨਗਾ ਛੱਡੀ ਗੱਲ ਕੋ ਗੱਲ ਨਾ ਸੁਣ ਲੈ ਸਿਆਣੇ ਆਂਦੇ ਕੰਧਾਂ ਨਹੀਂ ਗੱਲ ਸਿਆਣੇ ਕਹਿੰਦੇ ਕੰਧਾਂ ਦੇ ਵੀ ਕੰਨ ਹੁੰਦੇ ਆ ਜੇ ਤੇ ਅੱਡ ਆਂਦੀ ਤੇ ਚੁੱਪ ਕਰਕੇ ਹੋ ਜਾ ਸਾਰੀ ਦੁਨੀਆ ਹੀ ਅੱਡ ਹੁੰਦੀ ਤੁਸੀਂ ਆਲੋ ਘਰ ਹੋਣਾ ਵਾ ਨਾਲੇ ਆਪਣਾ ਰੋ ਘਰ ਸਾਂਭ ਲੇਂਗੀ ਕਮਲੀਏ ਨਾਲੇ ਵੇਖੀ ਸਿਰ ਤੇ ਪਈ ਤੇ ਕਰਦੀ ਕਿੱਦਾਂ ਕੰਮ ਆ ਮੈਂ ਤਾਂ ਤੁਹਾਨੂੰ ਬਥੇਰਾ ਆਨੀ ਅੱਡ ਹੋ ਜਾਓ ਵਿੱਚੋਂ ਚੱਲ ਦੀਦੀ ਫਿਰ ਤੂੰ ਆਈ ਆ ਗੱਲ ਤੂੰ ਹੀ ਸ਼ੇਰ ਉਹ ਨਾ ਮੇਰਾ ਮਰਦੀ ਆ ਫਿਰ ਸਿੱਧਾ ਤੇ ਕਹਿੰਦੀ ਨਹੀਂ ਕਿ ਮੈਂ ਅੱਡ ਹੋਣਾ ਵਾ ਮੈਂ ਤਾਂ ਤੁਹਾਨੂੰ ਅੱਡ ਕਰਾ ਦਾ ਆਹੋ ਤੂੰ ਕਹਿ ਕੇ ਬਾਹ ਤੇ ਅੱਡ ਕਰਾ ਨਹੀਂ ਇਹ ਗੱਲ ਹੈਗੀ ਮੈਂ ਤਾਂ ਨਹੀਂ ਵੈਸੇ ਚਾਹੁੰਦੀ ਤੁਸੀਂ ਅੱਡੋ ਬੋ ਮੈਂ ਪਕਵਾਨ ਭੈਣ ਚਾਹੁੰਦੀ ਵੀ ਭਰਾ ਦੇ ਘਰ ਅੱਡੋ ਪਾਟੀ ਹੋ ਜਾਣਾ ਪਰ ਚਲੋ ਜਦੋਂ ਨਿਭਦੀ ਨਹੀਂ ਤੇ ਐਵੇਂ ਲੋਕੀ ਆਣ ਗੁਆਂਢ ਤਮਾਸ਼ਾ ਵੇਖਣਗੇ ਤੇ ਨਾਲ ਚੰਗਾ ਫਿਰ ਤੁਸੀਂ ਅੱਡੀ ਹੋ ਜਾਓ ਆਹੋ ਤੁਸੀਂ ਐਂ ਕਰੋ ਵੀ ਭਾਇਓ ਰਾਤ ਨੂੰ ਦੋਵਾਂ ਨੂੰ ਸਾਨੂੰ ਤੇ ਆਪਦਾ ਅੱਡ ਦਾ ਗੱਲ ਕਰ ਜੋ ਫਿਰ ਉਹ ਵੀ ਨਾ ਹੁਣ ਕਹਿੰਦੀ ਅੱਡ ਮੈਂ ਫਿਰ ਗੁੱਸੇ ਦੀ ਮਾਰੀ ਮੈਂ ਸਵੇਰ ਦੀ ਖਪਨ ਨਹੀਂ ਮੈਂ ਕਿੱਥੋਂ ਦੇ ਨਿਆਣਿਆਂ ਨੂੰ ਰੋਟੀ ਪਾਣੀ ਵੀ ਆਇਆ ਨਹੀਂ ਦਿੱਤਾ ਹੁਣ ਮੈਂ ਉਸ ਘਰ ਲੀਲਾ ਲੱਤਾ ਵੀ ਮਈਆਂ ਤੋਂ ਤੂੰ ਕੀ ਕਰਨ ਨੂੰ ਦਿੱਤਾ ਰੋਟੀ ਪਾਣੀ ਉਹਨੂੰ ਲਿਆਉਣਾ ਸੀ ਨਾਲ ਡੰਗਾ ਡੁੰਗਰਾਂ ਦਾ ਤੇਰੇ ਕਰਾਉਂਦੀ ਗੋਹਾ ਕੂੜਾ ਢਾਉਂਦੀ ਨਾਲ ਮਰਜ਼ੀ ਆਪਣੀ ਆਖਿਓ ਨਾ ਦੀਦੀ ਕੰਮ ਨੀ ਕਰਦੀ ਮੈਂ ਆਪ ਮਹਾਂ ਕਰਦੀ ਤੈਨੂੰ ਕਦੀ ਕਿਹਾ ਹੈ ਹੀ ਨਹੀਂ ਗਾ ਨਹੀਂ ਮੰਚ ਦਾ ਨਾ ਕਰਿਓ ਵੀ ਆ ਕੇ ਵਿਹਲੀ ਕੱਲ ਦੀ ਬੈਠੀ ਆ ਮੈਂ ਤਾਂ ਘਰੋਂ ਕਰਦੀ ਆਈ ਮੈਂ ਤੇ ਆਈ ਘੜੀ ਸਾਹ ਲੈ ਨਹੀਂ ਨਹੀਂ ਦੀਦੀ ਮਨ ਚ ਕਿਉਂ ਕਰਨਾ ਵਾ ਤੈਨੂੰ ਪਤਾ ਪਤਾ ਤੂੰ ਘਰਾਂ ਦੇ ਕੰਮ ਹੀ ਕਰਦੀ ਆਈਦਾ ਇਹ ਦੋ ਦਿਨ ਪੇਕ ਕੇ ਸੁੱਖ ਲੈਣ ਆਈਦਾ ਕੋਈ ਨਹੀਂ ਤੂੰ ਬਹਿ ਆਰਾਮ ਨਾਲ ਕੰਮ ਹੀ ਆਪੇ ਕਰ ਲਾਂਗੇ ਚਲ ਇਹ ਤੇ ਹੋ ਗਏ ਮੈਂ ਜਿਹੜਾ ਕੰਮ ਚਾਹੁੰਦੀ ਹਾਂ ਉਹ ਤੇ ਕਿਹਾ ਹੋ
ਇਹਨੂੰ ਕਹਿੰਦੇ ਇੱਕ ਤੀਰ ਤੇ ਦੋ ਨਿਸ਼ਾਨੇ। ਹੁਣ ਬਣੀ ਕਿ ਨਹੀਂ ਗੱਲ? ਬੜੇ ਚਿਰ ਦੀਆਂ ਮੇਰੀਆਂ ਅੱਖਾਂ 'ਚ ਰੜਕਦੀਆਂ ਸੀ, ਜਿਹੜਾ ਰਕਾਰ ਰਲ ਪੈਂਦੀਆਂ ਸੀ ਨਾ ਇਕੱਠੇ ਮੂੰਹ ਕਿਤੇ ਐਂ ਕਰਦੀਆਂ ਜੋੜ ਜੋੜ ਗੱਲਾਂ। ਹੁਣ ਵੇਖੀ, ਹੁਣ ਇਹਨੂੰ ਤੇ ਮੈਂ ਲਾ ਤਾ ਇੱਥੇ ਆ ਰਹੇ, ਹੁਣ ਮਾੜਾ ਦੂਜੀ ਕੋਲੇ ਚੱਲ। ਹਾਂ ਚੱਲ ਆਈ, ਇਹ ਤਾਂ ਸਭ ਤੋਂ ਗੱਲ ਵਧੀਆ ਵਾ। ਦੀਦੀ ਆਈ ਆ, ਡਾਪੇ ਕਰਾ ਜੂ ਨਾ ਉਹਦੇ ਸਿਰ ਗੱਲ, ਨਾ ਮੈਂ ਉਹਦੇ ਸਿਰ ਗੱਲ, ਇਹ ਦੋਵਾਂ ਹੌਲਾ ਭਾਲ ਜਿੱਦਾਂ ਕਿਸੇ ਦੀ ਮਰਜ਼ੀ ਚ ਨਹੀਂ ਲੰਘਦੀ। ਪਰ ਮੈਂ ਤੇ ਐਤਕੀ ਸੋਚਿਆ ਨਹੀਂ ਸੀ ਕਿ ਪ੍ਰੀਤ ਏਦਾਂ ਦੀਆਂ ਗੱਲਾਂ ਕਰਦੀ, ਪਰ ਹੁਣ ਇਹਦੇ ਹੁਲੀਏ ਤੋਂ ਲੱਗਦਾ ਵੀ ਪ੍ਰੀਤ ਵਾਕਈ ਬੜੀਆਂ ਗੱਲਾਂ ਕਰਦੀ ਹੈਗੀ, ਵਾਕਈ ਬੜੀ ਤੇਜ਼ ਹੈ। ਮੈਂ ਤਾਂ ਸਮਝਿਆ ਵੀ ਚੱਲ ਨਹੀਂ, ਅਸੀਂ ਤਾਂ ਵਾਕਈ ਭੈਣਾ ਭੈਣਾ ਵਾਂਗੂ ਰਹੀ ਹਾਂ, ਇੰਨੇ ਕੁ ਪਾ ਲਈ ਸੀ ਦੂਜੀ ਨੂੰ ਵੀ ਪਾਉਣੇ ਆ, ਭਾਰਾ ਪਾ ਕੇ ਚੋਲ ਇੰਨੀ ਆ। ਦੀਦੀ ਕਿੱਥੇ ਚਲੇ ਗਏ? ਇੱਥੇ ਬੈਠੇ ਸੀ, ਘਰੇ ਚਲੇ ਗਈ ਹੋਣੀ ਆ, ਨਾ ਬੈਠੇ ਪਰ ਦੱਸ ਦੇ ਨਹੀਂ ਗਈ ਵੀ ਦੱਸ ਹੀ ਜਾਂਦੀ ਤੂੰ ਚਾਰ ਗੱਲਾਂ ਕਰਨ ਦੀ ਆ। ਚਲ ਉਹਦੀ ਮਰਜ਼ੀ, ਚਲੇ ਗਈ ਨਹੀਂ ਘਰ ਨੂੰ, ਉਹਨੇ ਕਿਹੜਾ ਕਮਾਣੀ ਆਪਣਾ ਵੀ ਘਰੇ ਆ ਗਈ, ਚੱਲ ਲਿਆ ਕੋ ਦੀਦੀ ਮਰਜ਼ੀ ਫੜਾ ਦਾ ਬਣਾ ਕੇ ਨਾ ਬਹਿ ਗਈ ਨਹੀਂ ਜਾਂ ਬਰਤ ਬਹਿ ਗਈ ਨਹੀਂ ਰੱਸੀ ਆ ਗਈ। ਤੁਸੀਂ ਵੀ ਮੇਰੇ ਸਿਰ ਤੇ ਬੈਠੀਆਂ ਰਹਿੰਦੀਆਂ, ਸਾਨੂੰ ਵੀ ਮੇਰੇ ਬਿਨਾਂ ਕਿਸੇ ਨੇ ਨਹੀਂ ਪਾਉਣੀ, ਨਾਲੇ ਹੁਣ ਵੀ ਪਤਾ ਲੱਗੂ ਡੰਗਰਾਂ ਚ ਵੜਨਾ ਕਿੱਡਾ ਸੌਖਾ, ਮੱਝਾਂ ਗਾਵਾਂ ਚੋਣੀਆਂ ਕਿਤੇ ਸੌਖੀਆਂ ਪਈਆਂ ਨੇ, ਜਦੋਂ ਲੜਿਆ ਮੱਛਰ ਨਾਲੇ ਮਾਰੀਆਂ ਨਾ ਛੜਾਂ। ਮੈਂ ਸਾਰੀ ਉਮਰ ਵਾਕਈ ਕੰਬਲੀ ਬਣ ਕੇ ਨਗਾ ਛੱਡੀ, ਮੈਂ ਜਿਹਦੀ ਗੋਲੀ ਬਣੀ ਰਹੀ ਗੋਹਾ ਸੁੱਟ ਡੰਗਰ ਚੋ, ਇਹ ਸਗੋਂ ਪਟਰਾਣੀ ਨੂੰ ਮੈਂ ਘਰੇ ਬਾਹਰ ਛੱਡਿਆ। ਮੈਂ ਤੇ ਇਹੋ ਜਿਹੀ ਗੱਲ ਹੀ ਨਹੀਂ ਕਦੀ ਦਿਲ ਚ ਲਿਆਈ ਕਿ ਚੱਲ ਕੋਈ ਨੀ ਗਾ ਕੰਮ ਹੀ ਕਰਨਾ, ਕਾਇਕ ਨੇ ਘਰ ਦਾ ਕਰ ਲਿਆ ਬਾਹਰ ਦਾ ਮੈਂ ਲਿਸੇ ਹੋ ਜਾਣਾ। ਲੈ ਤੂੰ ਵੀ ਹੋਣੀ ਗੋਹਾ ਕਰਨਾ ਹੀ ਦੱਸ। ਅੱਜ ਤੈਂ ਕਰਦੀ ਮਿਸਤਰੀ ਲੈ ਕੇ ਚੋ ਜਾਂਦੀ ਸਾਰੀ ਡੰਗਰ, ਤੇ ਕੱਲ ਤੋਂ ਵੇਖੀ ਜਾਊਗੀ ਜਦੋਂ ਤੂੰ ਆਟੋ ਹੋਊਗੀ। ਹੁਣ ਅੱਜ ਕੀ ਕਰਨਾ, ਚਾਹ ਪ੍ਰਾਹੁਣੀ ਆਈ ਉਹਨੂੰ ਤੇ ਘੁੱਟ ਸਾਂਝੇ ਘਰ ਦੁੱਧ ਪਿਆਵਾਂਗੇ ਨਾ, ਉਹ ਵੀ ਨਾਲੇ ਵਿਚਾਰੀ ਕੀ ਸੋਚੂ, ਖੁਸ਼ੀ ਖੁਸ਼ੀ ਨਾ ਆਈ ਤੇ ਆਉਂਦੀ ਹੋਣੀ ਵੀ ਲੈ ਉਹਦੇ ਢਿੱਡ ਚ ਕਿੱਡੀ ਵੱਜੂਗੀ ਵੀ ਮੇਰੇ ਭਰਾ ਸਕਰ ਦੁੱਖ ਤੇ ਹੁੰਦਾ ਹੀ ਹੁਣ ਸਾਡੇ ਭੈਣ ਭਰਾ ਏਦਾਂ ਜਾਗਿਆ ਤੋਂ ਕਰਨ ਅੱਡ ਹੋ ਜਾਣ, ਕਿੱਡਾ ਮਨ ਦੁਖਦਾ ਵਾ। ਆਈ ਤੇ ਵਿਚਾਰੀ ਖੁਸ਼ੀ ਖੁਸ਼ਹਾਲੀ ਤੇ ਕਿਹੋ ਜਿਹੇ ਸੁਨੇਹੇ ਦਿੱਤੇ ਵੀ ਸਾਨੂੰ ਅੱਡ ਕਰਾ ਦਿਆ। ਬਸ ਤੈਨੂੰ ਵੀ ਹੋਣੀ ਚੇਤਾ ਆਉਂਦਾ ਵਾ ਜਦੋਂ ਚੋਣਾ ਹੁੰਦਾ ਉਦੋਂ ਤੂੰ। ਤੂੰ ਵੀ ਭੁੜਕ ਲਾ ਹੈ, ਇਹ ਵੀ ਦੇ ਵੀ ਨਹੀਂ ਕਰਦੇ ਲੱਗਦੇ ਅੱਜ ਮਿਲਣ ਦੀ, ਮੈਨੂੰ ਵੀ ਲੱਗਦਾ ਕਿ ਟੀਕਾ ਲਵਾਉਣਾ ਪੈਣਾ, ਟੀਕਾ ਲਾਊਗਾ ਕਿਤੇ ਫੇਰ ਹੀ ਕਹੂੰਗੀ। ਦੂਜੀ ਵਾਰੀ ਬਹਿ ਜਾਂਦੀ ਇਹਨਾਂ ਦਾ ਟੀਕਾ ਲਾਉਣਾ ਪੈਣਾ ਤੇ ਇਹਨਾਂ ਮੈਂ ਵੀ ਟੀਕਾ ਲਾਊਗੀ। ਕੁਛ ਨਹੀਂ ਦੀਦੀ, ਸੂਟ ਜਿਹਾ ਪ੍ਰੈਸ ਕਰਕੇ ਰੱਖਣ ਲੱਗੀ ਸੀ ਆਪਣਾ, ਕਿੰਨੇ ਦਿਨ ਹੋ ਗਏ ਚਲਾ ਪ੍ਰੈਸ ਟੇਬਲ ਤੇ ਤੁਰਿਆ ਫਿਰਦਾ।
ਹਾਂ ਕਹਿੰਦੇ ਤੁਸੀਂ ਇਕੱਠੇ ਲੀੜੇ ਪ੍ਰੈਸ ਕਰਦੀਆਂ ਹੁੰਦੀਆਂ ਸੀ ਪ੍ਰੈਸ ਦੀਦੀ ਕਰਦੇ ਸੀ ਪਤਾ ਨਹੀਂ ਕੀ ਹੋ ਗਿਆ ਉਹਨਾਂ ਨੂੰ ਉਹ ਵੀ ਨਹੀਂ ਕਰਦੇ ਮੇਰਾ ਤੇ ਮੈਂ ਵੀ ਨਹੀਂ ਉਹਨਾਂ ਦਾ ਕਰਦੀ ਮੈਂ ਵੀ ਆਪਣੇ ਕੱਪੜੇ ਪ੍ਰੈਸ ਕਰ ਲੈਂਦੀ ਉਹ ਆਪਣੇ ਕਰ ਲੈਂਦੇ ਮੈਂ ਵੇਖਲਾ ਤੈਨੂੰ ਕਹਿੰਦੀ ਹੈ ਨਾ ਮੇਰੀਆਂ ਗੱਲਾਂ ਸੱਚੀਆਂ ਨਿਕਲੀਆਂ ਨਹੀਂ ਨਿਕਲੀਆਂ ਸੱਚੀਆਂ ਦੱਸਦੇ ਇਹ ਬੜੀ ਬੜੀ ਭੈੜੀ ਬੜੀਆਂ ਗੱਲਾਂ ਤੇਰੀਆਂ ਕਰਦੀ ਹੁੰਦੀ ਸੀ ਮੇਰੇ ਕੋਲੇ ਮੈਂ ਤੇ ਡਰਦੀ ਕਰਨੀਆਂ ਨਾ ਗੱਲਾਂ ਮੈਂ ਆਖਣਾ ਐਵੇਂ ਲੜਾਈ ਪੈ ਜਾਊਗੀ ਪਰ ਹੁਣ ਸੰਭਲ ਜਾਓ ਸੰਭਲ ਜਾ ਮੈਂ ਨੀ ਚੰਗੀ ਦੀਦੀ ਮੈਂ ਜੋੜ ਤੇ ਹੱਥ ਮੈਂ ਤੇ ਕਿਹਾ ਹਾਂ ਤੂੰ ਆਪਣਾ ਕਰ ਲੈ ਮੈਂ ਆਪਣਾ ਕਰ ਲਈ ਨੀ ਮੇਰੇ ਦੇ ਤਾਂ ਜਵਾਬ ਆਣ ਕੇ ਰੋਟੀਆਂ ਲਾਣੀਆਂ ਨਹੀਂ ਇਹ ਕੀ ਕਰਨਾ ਭਰਾ ਢੋਵੋ ਵਿੱਚੋਂ ਆਟੋ ਕੇ ਤੇ ਆਪੋ ਆਪਣੀ ਪਕਾਓ ਤੇ ਖਾਓ ਨਹੀਂ ਨਾਲੇ ਕਿਸੇ ਦੀ ਸਿਰ ਦਰਦੀ ਨੀ ਉਰੇ ਆ ਐਵੇਂ ਲੀੜੇ ਜੇ ਪ੍ਰੈਸ ਕਰੀ ਜਾਗੀ ਕਰ ਸੁਣ ਤੇ ਦੀਦੀ ਮੈਂ ਪ੍ਰੈਸ ਬੰਦ ਕਰ ਲਾ ਪ੍ਰੈਸ ਬੰਦ ਜਲਦੀ ਜਲਦੀ ਗੱਲ ਸੁਣ ਲਓ ਆਪਣੀ ਖਾਓ ਭਾਵੇਂ ਹਨੇਰੇ ਖਾ ਭਾਵੇਂ ਸਵੇਰੇ ਖਾ ਕੀ ਲੈਣਾ ਦੇਣਾ ਜਦੋਂ ਬਣਦੀ ਨੀ ਤੇਰੀ ਇੰਨੀ ਤੂੰ ਚੰਗੀ ਰਹਿਣੀ ਆ ਇੰਨਾ ਕੋਈ ਗੱਲ ਨਾ ਕਰੇ ਵੱਧ ਘੱਟ ਆਪਦਾ ਹਨੇਰੇ ਖਾ ਸਵੇਰੇ ਖਾ ਤੈਨੂੰ ਕੋਈ ਟੈਨਸ਼ਨ ਨਾ ਹੋਇਆ ਕਰੂਗੀ ਆਪਣੀ ਜਿਵੇਂ ਮਰਜ਼ੀ ਲੰਮੇ ਪੈ ਲਾ ਜੋ ਮਰਜ਼ੀ ਪੈ ਲਾ ਹੁਣ ਤੇ ਤੂੰ ਮਾੜਾ ਜਿਹਾ ਵੀ ਲੰਮੇ ਪਵੇਗੀ ਤਾਂ ਵੀ ਅਗਲੀ ਨੇ ਤੈਨੂੰ ਮਿਹਣੇ ਮਾਰਨੇ ਕੀ ਲੈਣਾ ਦੇਣਾ ਵੱਧ ਦੀ ਬੱਲੇ ਬੱਲੇ ਚ ਮੈਂ ਸਾਰੀ ਉਮਰ ਲੋਲੀ ਜੀ ਬਣ ਕੇ ਕੱਢ ਮੈਂ ਆਖ ਚੱਲ ਵੱਡੀ ਆ ਵੱਡੀ ਆ ਤੇ ਚੱਲ ਵੱਡੇ ਵੱਡੇ ਕੌਣ ਜਾਣਦਾ ਬਹੁਤੇ ਭੂਏ ਵੱਡੇ ਵੱਡੇ ਕਰਦੇ ਚਾਹ ਮੈਂ ਰਿਸਪੈਕਟ ਕਰਦੀ ਰਹੀ ਤੇ ਤੁਸੀਂ ਮੈਨੂੰ ਦੱਸਿਆ ਤੇ ਫੇਰ ਮੈਨੂੰ ਪਤਾ ਲੱਗਾ ਮੈਂ ਤੇ ਆਖਿਆ ਕਿ ਬਹੁਤ ਚੰਗੀ ਆ ਮੈਂ ਕਿਤੇ ਆਪਣੇ ਰਿਸ਼ਤੇਦਾਰਾਂ ਆ ਕੀ ਕਹਿ ਦਿੱਤਾ ਹੀ ਅਸੀਂ ਤੁਸੀਂ ਦੱਸਿਆ ਮੇਰਾ ਨਾ ਨਾਂ ਲੈ ਦੀ ਮੇਰੀ ਤੇ ਇਹੋ ਤੇ ਜਗ੍ਹਾ ਇੱਥੇ ਆਉਣ ਜਾਣ ਦੀ ਜੇ ਮੇਰਾ ਨਾਂ ਲੈਤਾ ਆ ਤੇ ਮੈਂ ਕਿੱਧਰ ਜਾਣਾ ਮੇਰਾ ਨੀ ਨਾਂ ਲੈਣਾ ਨਹੀਂ ਦੀਦੀ ਤੁਸੀਂ ਤੇ ਕੀਤਾ ਸਗੋਂ ਚੰਗਾ ਕੀਤਾ ਵਧੀਆ ਕਰਤਾ ਮੈਨੂੰ ਤੇ ਇਹਦਾ ਪਤਾ ਹੀ ਨਹੀਂ ਸੀ ਲੱਗਣਾ ਮੈਂ ਤੇ ਸਗੋਂ ਏਦਾਂ ਹੀ ਕੱਢ ਲੈਣੀ ਸਾਰੀ ਉਮਰ ਚੋਰੀਆਂ ਛਿੱਪੇ ਕਰ ਕਰਕੇ ਤੇ ਆਪਣੀ ਚੀਜ਼ਾਂ ਬਣਾਈ ਜਾਂਦੀ ਤੇ ਮੈਂ ਤੇ ਇੱਕ ਬੈਡ ਤੇ ਇੱਕ ਪ੍ਰੈਸ ਟੇਬਲ ਕਮਰੇ ਚ ਸਾਰਾ ਬਸ ਸਾਂਝੇ ਘਰ ਚੀਜ਼ਾਂ ਬਣਾਈ ਜਾਂਦੀ ਰਹਿੰਦੀ ਤੇ ਕਹਿੰਦੇ ਮੈਂ ਸਗੋਂ ਲੋਲੀ ਜੀ ਬਾਹਰ ਗਈ ਹੋਣੀ ਕਿਤੇ ਵੇਲੀ ਭੁੱਲੀ ਚ ਮੱਝਾਂ ਦਾ ਟਾਈਮ ਹੋਇਆ ਵਾ ਚੁੱਪ ਕੀਤੀ ਨਾ ਆਪੇ ਆਣ ਕੇ ਰੋਟੀਆਂ ਲਾਉਗੀ ਤੂੰ ਕੀ ਕਰਨ ਲਾਉਣੀਆਂ ਵਾ ਨਹੀਂ ਨਹੀਂ ਮੈਂ ਦੇ ਦਿੱਤਾ ਜਵਾਬ ਮੈਂ ਕਿਹਾ ਮੇਰੇ ਕੋਲ ਨੀ ਲੱਥਦੀ ਆਪੇ ਆਣ ਕੇ ਲਾ ਲਓ ਤੇ ਤੁਹਾਨੂੰ ਮੈਂ ਖਵਾ ਦੇਣੀ ਲਾ ਕੇ ਮੈਨੂੰ ਤਾਂ ਬਹੁਤ ਭੁੱਖ ਲੱਗੀ ਜੇ ਤੁਸੀਂ ਰਾਤੀ ਵੀ ਭੈਣਾ ਬੜੀ ਲੇਟ ਰੋਟੀ ਕਰਤੀ ਤੇ ਅੱਜ ਮੈਨੂੰ ਰੋਟੀ ਟਾਈਮ ਨਾਲ ਖਵਾ ਦਿਓ ਦੀਦੀ ਮੈਂ ਲਾਉਣੀ ਰੋਟੀਆਂ ਮੈਂ ਸੂਟ ਮਾੜਾ ਸੂਟ ਤੇ ਪ੍ਰੈਸ ਕਰ ਲਾਂ ਨਹੀਂ ਨਹੀਂ ਕਿਉਂ ਆਖ ਮੈਂ ਨੀ ਠੀਕ ਤੁਰਮਾਨ ਨਾ ਬਹਾਨਾ ਜਿਹਾ ਬਣਾ ਲਾ ਕੋਈ ਆਪੇ ਲਾਊਗੀ ਇਹਨੂੰ ਕੀ ਹੋਇਆ ਚੰਗੀ ਭਲੀ ਘੋੜੇ ਵਰਗੀ ਹੈਗੀ ਆ ਹਾਂ ਐਵੇਂ ਨਾ ਮੈਂ ਥੱਲੇ ਲੱਗ ਲਾ ਕੇ ਤੇ ਬਹੁਤੀ ਲੋਲੀ ਜੀ ਬਣ ਬਣ ਰਹੀ ਜਾ ਪਰ ਮੇਰਾ ਨੀ ਨਾ ਲੈਣਾ ਵੀ ਦੀਦੀ ਨੇ ਦੱਸਿਆ ਵਾ ਨਹੀਂ ਨਹੀਂ ਤੁਹਾਡਾ ਮੈਂ ਨਾ ਕਰ ਨਹੀਂ ਲੈਣਾ ਨਾਲੇ ਤੁਹਾਡਾ ਸਾਂਝਾ ਵਾ ਤੁਹਾਨੂੰ ਦੋਵੇਂ ਇੱਕੋ ਜਿਹੇ ਇੱਕੋ ਜਿਹੇ ਫਿਰ ਇਹਦਾ ਤੁਹਾਡੇ ਤੇ ਗੱਲ ਨਾ ਆਪਣੇ ਮਨ ਦੀ ਸਲਾਹ ਬਣਾ ਲਓ ਹੁਣ ਮੈਂ ਚੱਲ ਜਾਣਾ ਜੇ ਸਵੇਰੇ ਜੇ ਤੇ ਤੁਸੀਂ ਹੋਣਾ ਜੇ ਅੱਡ ਤੇ ਦਾ ਤੋ ਭਲਕੇ ਤੁਸੀਂ ਮੈਨੂੰ ਫੇਰ ਸਤੋ ਫੇਰ ਨੀਚੇ ਮੇਰੇ ਕੋ ਆਇਆ ਜਾਣਾ ਕੌਣ ਸੁਣਦਾ ਏ ਤੂੰ ਪੁੱਛੀ ਮੈਂ ਤਾਂ ਤਿਆਰ ਹੋਣਾ ਜੇ ਹਾਮੀ ਭਰਨ ਗੱਲਾਂ ਮੈਂ ਸਵੇਰੇ ਭਾਂਡੇ ਮਾਡ ਕੇ ਤੁਹਾਡੇ ਘਰ ਪ੍ਰੈਸ ਮੈਂ ਆਉਣੀ ਕੋਈ ਨੀ ਇਹਦੇ ਦਿਮਾਗ ਚ ਕੀੜਾ ਵਾੜਤਾ ਅੱਡ ਹੋਣ ਵਾਲਾ ਇਹ ਮੈਨੂੰ ਬਹੁਤ ਮੇਰੇ ਰੜਕਦੀਆਂ ਬਹੁਤ ਮੈਨੂੰ ਦੁਖੀ ਭੈੜੀਆਂ ਇਹ ਲੱਗਦੀਆਂ ਹੈ
ਸਾਰੇ ਮੇਰੇ ਮਾਂ ਪਿਓ ਦਾ ਘਰ ਤੇ ਜਾਇਦਾਦ ਸਾਂਭ ਕੇ ਰਾਣੀਆਂ ਬਣੀਆਂ ਫਿਰਦੀਆਂ ਵਾ, ਤੇ ਜਦੋਂ ਮੈਂ ਆਉਣਾ 100-200 ਰੁਪਇਆ ਦੇ ਕੇ ਰੱਖੜੀ ਲੋਹੜੀ ਤੇ ਮੈਨੂੰ ਗਲੋਂ ਲਾ ਦਿੰਦੀਆਂ। ਵੇਖੀ ਹਾਂ ਹੁਣ ਤੁਹਾਡੇ ਮੈਂ ਪੱਤੇ ਨਾ ਨਾ ਰੋਲ ਦਿੱਤੇ ਤੇ ਮੇਰਾ ਵੀ ਨਾਂ ਵਟਾ ਦਿਓ, ਮੇਰਾ ਨਾਂ ਵੀ ਗਰਮੋ ਨੀ। ਵੇਖੀ ਧਰਨਾ ਨੂੰ ਪਾਉਂਦਾ ਕੀ ਹੈ, ਐਡੀ ਜਾਇਦਾਦ ਦੇ ਰਾਣੀਆਂ ਬਣ ਕੇ ਬੈਠੀਆਂ। ਦਿੰਦੇ ਨੀ ਕਦੇ ਮਿਲੀ ਨੀ ਗੀ, ਦੋ ਦੂਜੀਆਂ ਚੋਰੀਆਂ, ਇੱਕ ਗਾਂ ਚੋਰੀ, ਗਾਂ ਦਾ ਤੇ ਮੈਂ ਨਿਆਣੇ ਦਾ ਸੂਤ ਆਉਂਦਾ ਈ ਤੇ ਅੱਜ ਆ ਈ ਤੇ ਮੈਂ ਆਖਣ ਨੀ ਚੱਲ ਤੇ ਖੀਰ ਬਣਾਵਾਂਗੀ ਸਵੇਰੇ, ਚੱਲ ਤੁਸੀਂ ਸਵੇਰੇ ਜਾਣਾ ਤੇ ਚੱਲ ਖੀਰ ਖਾ ਲਿਓ। ਚੱਲ ਠੀਕ ਆ, ਰੱਖੋ ਦੋ ਤਾਂ ਰੋਟੀ ਪਕਾਓ, ਮੈਨੂੰ ਭੁੱਖ ਲੱਗੀ। ਅੱਛਾ ਹਾਂ, ਕੋਈ ਨੀ ਪਕਾਉਂਦੇ ਕੀ ਕਰਦੇ, ਨਿੱਕੀ ਲੱਗੀ ਨੀ ਪਕਾਉਣ, ਪਤਾ ਨੀ ਤਾਂ ਤੂੰ ਕਹਿ ਦੇ ਦੇ ਪਕਾਉਣੀ ਆ। ਵੇਖ ਲਾ ਉੱਤੋਂ ਦੀ ਅੱਛੀ ਰਾਤ ਤੇ ਨਹੀਂ, ਵੇਖ ਲਾ ਕਿੰਨਾ ਕਿੰਨੀ ਰਾਤ ਹੋ ਗਿਆ। ਵੇਖ ਪੰਮੋ ਤੁਹਾਡੇ ਰੋਣਿਆਂ ਚ ਮੇਰੇ ਕੋਕੜੂ ਮੁੱਸੇ ਪਏ, ਮੈਂ ਤੇ ਆਪ ਅੱਗੇ ਆਖਣੀ ਵੀ ਅੱਗੇ ਨਹੀਂ ਸੁੱਖ ਨਾ 5 ਵਜੇ ਫੁਲਕੇ ਪਕਾ ਲੈਂਦੀ ਆ। ਅੱਜ ਹੁਣ ਤੈਨੂੰ ਪਤਾ ਮੈਂ ਤੇ ਡੰਗਰ ਚੋ ਕੇ ਲਿਆਉਂਗੀ ਤੇ ਫੇਰ ਹੀ ਸੰਭਲ ਜੋ, ਸੰਭਲ ਜੋ, ਮੈਂ ਤੁਹਾਨੂੰ ਕਹਿੰਦੀ ਸੰਭਲ ਜੋ। ਚਲ ਤੁਸੀਂ ਬਹੁ ਕਿੱਥੋਂ ਮੈਂ ਆ ਕਹਿ ਪਾਤੀ, ਤੁਸੀਂ ਕਿੱਥੋਂ ਆ ਗਈ, ਉਹਦੇ ਮਨ 'ਚ ਤਾਂ ਸ਼ੱਕ ਪੈ ਜਾਊਗਾ ਕਿਤੇ ਮੇਰੀ ਪੀਪੀ ਕਤਰੀ ਸਾਰੀ ਖੂਹ 'ਚ ਨਾ ਪੈ ਜਾਂਦੀ ਹੋਵੇ। ਆਹ ਕੰਮ ਕਰਨੇ ਸੌਖੇ ਅੱਡ ਹੋ ਜਾਣ ਕਿਤੇ ਮੇਰੀ ਕੀਤੀ ਕਤਰੀ ਸਾਰੀ ਖੂਹ 'ਚ ਨਾ ਪੈ ਜਾਂਦੀ ਹੋਵੇ। ਹੈਗੀਆਂ ਵੀ ਬੜੀਆਂ ਬਲਾਵਾਂ, ਇੱਕ ਤਾਂ ਮੇਰੇ ਦਿਮਾਗ ਜਿਹੜੇ ਪਤਾ ਸੀ ਖਾਂਦੀਆਂ ਏਡੇ ਤੇਜ਼ ਚੱਲਦੇ ਨੀ। ਲਿਆਓ ਰੋਟੀ ਦੀਦੀ, ਤੂੰ ਉੱਥੇ ਆਈ ਪੰਮੋ ਕੋਲ ਤੇ ਮੈਨੂੰ ਆਣ ਗਿਆ ਤੇ ਦੀਦੀ ਕਿੱਥੇ, ਸਮਝ ਨਹੀਂ ਲੱਗੀ ਗੱਲ ਜੀ। ਤੇ ਦੀਦੀ ਨੂੰ ਪਤਾ ਤੇ ਮੈਨੂੰ ਆਣ ਕੇ ਪੁੱਛਿਆ ਉਹਨੇ। ਛੱਡ ਪਰੇ, ਮੈਂ ਵੀ ਰੋਟੀਆਂ ਲਾਵਾਂ ਦੀਦੀ, ਰੋਟੀ ਰੋਟੀ ਕਰਨ ਦੇ ਹੀ ਮੈਂ 2 ਰੋਟੀਆਂ ਕਹਿੰਦੇ ਸਵੇਰ ਦੀ ਤਾਂ ਕਰ ਲਊਂਗੀ ਆਪਣੇ ਜੋਗੀਆਂ, ਉਹਨੂੰ ਲਾ ਕੇ ਖਾ ਦੇਣੀ। ਪਹਿਲੀ ਗੱਲ, ਰੋਟੀਆਂ ਤੂੰ ਹੀ ਆਪਣੀਆਂ ਲਾਉਣੀ, ਮੈਂ ਆਪਣੀਆਂ ਲਾਉਣੀ, ਭਾਵੇਂ ਮੈਂ 6 ਵਜੇ ਲਾਵਾਂ ਭਾਵੇਂ 12 ਵਜੇ ਲਾਵਾਂ, ਆਪਣੀ ਰੋਟੀ ਪਕਾ ਕੇ ਖਾ ਲਈ। ਤੂੰ ਥੋੜਾ ਜਿਹਾ ਜ਼ਿਆਦਾ ਖਾਣ ਜਾਂਦੀ, ਮੈਂ ਡੰਗਰ ਚੋਕ ਲਿਆਂਦੇ ਨਾ, ਮੈਂ ਜਿੰਨਾ ਚਿਰ ਅੱਡ ਦੀ ਗੱਲ ਨਹੀਂ ਨਾ ਹੋਈ ਉਹਨਾਂ ਚ ਜਿੰਨਾ ਚਿਰ ਬੰਦੇ ਘਰੇ ਆਉਂਦੇ ਦੀਦੀ ਬਹਿੰਦੀ ਹੈ ਸਾਰੇ ਮਾੜੇ, ਤੇ ਇਦਾਂ ਅੱਡ ਨਹੀਂ ਹੋ ਜਾਣਾ। ਤੂੰ ਹੀ ਵੱਡੇ ਹੋ, ਮੈਂ ਗਾਣਾ ਲੱਗ ਕੇ ਲੱਡੂਗਾ। ਤੂੰ ਤਾਂ ਸੁਣ ਗਿਆ, ਮੈਂ ਤੇ ਕਿਹਾ ਸੀ ਆਪਣਾ ਦੁੱਧ ਚੋਲ ਲੈ, ਮੈਂ ਆਪਣਾ ਵੀ ਚੋਲੂ, ਤੇ ਮੈਂ ਨਹੀਂ ਆਟਾ ਗੁੰਨਿਆ ਤੁਹਾਡਾ। ਪਰ ਇੱਕ ਮੈਂ ਤੇਰਾ ਇੰਨਾ ਹਿਸਾਬ ਨਹੀਂ ਲਾਇਆ ਕਿ ਤੂੰ ਇੰਨੀ ਵੀ ਖਪਤੀ ਨਿਕਲੇਗੀ, ਮੈਂ ਸੋਚਿਆ ਜਿੰਨਾ ਮੈਂ ਸੋਚਦੀ ਤੂੰ ਉਹ ਤੋਂ ਜਾਗੀਆਂ ਦੋ ਦੁੱਤੀਆਂ ਤੂੰ ਤਾਂ ਨਿਕਲੀ ਆ। ਤਾਂ ਤੇ ਦੀਦੀ ਤੁਸੀਂ ਨਿਕਲਿਆ, ਤੁਸੀਂ ਵੱਡੇ ਹੋ, ਮੈਂ ਤੁਹਾਡੀ ਰਿਸਪੈਕਟ ਕਰਦੀ ਹਾਂ, ਪਰ ਤੁਸੀਂ ਰਿਸਪੈਕਟ ਕਰਾਉਣ ਦੇ ਲਾਇਕ ਨਹੀਂ ਹੋ। ਤੇ ਫਿਰ ਤੂੰ ਅੱਜ ਜਦੋਂ ਆਪਾਂ ਇਕੱਠੀਆਂ ਵਾ, ਤੂੰ ਅੱਜ ਦੇ ਫੁਲਕੇ ਤੇ ਇਕੱਠੇ ਦੀਦੀ ਬੈਠੀ ਆ ਕੇ ਤੂੰ ਉਹਦੀ ਨਾਜ਼ਰ ਰੱਖ ਲੈ। ਜਾਣ ਲੈ ਕੇ ਕੀ ਕਹਿ ਕੇ ਗਏ, ਕਹਿ ਕੇ ਗਏ ਮੇਰੀ ਕੁੜੀ ਦੀ ਯੂਨੀਫਾਰਮ ਯੂਨੀਫਾਰਮ ਨਹੀਂ ਧੋਤੀ, ਤੂੰ ਸ਼ੁਰੂਆਤ ਕਿਹਨੇ ਕੀਤੀ, ਤੁਸੀਂ ਕੀਤੀ। ਵੇਖ ਪ੍ਰੀਤ, ਸ਼ੁਰੂਆਤ ਨਹੀਂ ਮੈਂ ਕੀਤੀ, ਮੈਂ ਸਵੇਰ ਦੇ ਕੰਮੇ ਲੱਗੀ ਆ, ਮੈਂ ਥੱਕ ਗਈ ਉੱਤੋਂ ਗਿਆ ਚੰਗਲਾ ਦਾ ਟਾਈਮ, ਮੈਂ ਕਿਹਾ ਚੱਲ ਕੋਈ ਨੀ ਉਹਦੇ ਬਈ ਆਪੇ ਧੋ ਲਏਗੀ। ਅੱਛਾ ਮੈਂ ਕਦੇ ਕਦੀ ਕਿਹਾ
ਕਿਹਾ ਕਿ ਤੁਸੀਂ ਉਧਰ ਕੀ ਲੈਣ ਜਾਂਦੇ, ਅੱਜ ਮੈਂ ਚੱਲ ਗਈ ਤਾਂ ਤੁਸੀਂ ਬੂਆ ਬਣਾ ਲਿਆ। ਵੇਖ ਪ੍ਰੀਤ, ਨਾ ਮੈਂ ਕਦੀ ਕਿਹੋ ਗੱਲ ਕੀਤੀ ਤੇ ਨਾ ਤੂੰ ਇਹਦੀਆਂ ਗੱਲਾਂ ਕਰ, ਠੀਕ ਹੈ ਨਾ? ਹੁਣ ਚੁੱਪ ਕਰਕੇ ਤੇ ਰੋਟੀ ਪਕਾ ਲੈ ਨਾ, ਉਹਨੂੰ ਤਮਾਸ਼ਾ ਨਾ ਪਕਾ, ਕਿਉਂ ਉਹਦੀਆਂ ਆਰਡਰਾਂ ਲਊਗੀਆਂ, ਉਹਦੀ ਕਿਹੜੀ ਮਾਂ ਪਿਓ ਉਹਨਾਂ ਨੂੰ ਮੈਂ ਪੜਾ ਦਿਓ, ਉਹਨਾਂ ਨੂੰ ਮੈਂ ਪੜਾ ਦੂੰਗੀ ਰੋਟੀ, ਉਹਨਾਂ ਦੀ ਰੋਟੀ ਦੀ ਫਿਕਰ ਨਾ ਕਰੋ ਤੁਸੀਂ, ਉਹਨਾਂ ਨੂੰ ਰੋਟੀ ਆਪੇ ਖਵਾ ਦੂੰ। ਤੂੰ ਪਕਾ ਲਓ ਆਪਣੀਆਂ ਦੀ ਰੋਟੀ ਪੜਾਉਣੀ, ਨਹੀਂ ਨਹੀਂ ਤੁਸੀਂ ਆਪਣੀ ਰੋਟੀ ਆਪੇ ਲਾਓ, ਮੈਂ ਆਪੇ ਪੜਾਉਂਦੀ, ਜੇ ਮੈਂ ਪਕਾ ਸਕਦੀ ਹਾਂ ਤੇ ਪੜਾ ਵੀ ਸਕਦੀ। ਮੈਂ ਤੈਨੂੰ ਆਖਣ ਰਹੀ ਵੀ ਹੁੰਦੀਆਂ ਟਾਈਮ ਦੀਆਂ ਰੋਟੀਆਂ ਤੂੰ ਇਕੱਠੀ ਪਕਾ, ਰਾਤ ਨੂੰ ਆਟੋ ਆ ਰਹੇ ਤੇ ਉਹਨਾਂ ਨੂੰ ਅੱਡ ਦੀ ਗੱਲ ਜਿੱਦਾਂ ਬਹਿ ਕੇ ਹੋਊਗੀ, ਇੱਦਾਂ ਕੰਮ ਵੰਡ ਕੇ ਨੀ ਕੰਮ ਚੱਲਣਾ, ਇਹ ਗੱਲਾਂ ਨਾਲ ਨੀ ਅੱਡ ਹੋਏ ਜਾਣਾ, ਜਵਾਨ ਤੇ ਤੂੰ ਏਡੀ ਕਰ ਲਈ ਆਪਣੀ, ਹੈਂ ਕੀ ਅੱਡ ਕਿਤੇ ਚ ਬੰਦੇ ਬਿਠਾਵਾਂਗੇ, ਅੱਡ ਕੇ ਤਰੀਕੇ ਨਾਲ ਹੋਵਾਂਗੇ। ਤੇ ਮੈਨੂੰ ਏਡੀ ਲੱਗੀ, ਤੁਹਾਨੂੰ ਕਿੱਡੀ ਲੱਗੀ? ਸ਼ੁਰੂਆਤ ਤੁਸੀਂ ਕਰਦੇ ਤੇ ਸਾਰਾ ਕੁਛ ਮੇਰੇ ਤੇ ਸੁੱਟ ਦਿੰਦੇ ਹੋ, ਉਹ ਨਾਲ ਇਹਦਾ ਮੇਰੇ ਘਰੇ, ਮੈਂ ਤਾਂ ਦੱਸ ਦੇਣਾ ਸਾਰਾ ਕੁਛ ਕਿ ਜਾਣ ਲੱਗਿਆ ਮੈਨੂੰ ਏਦਾਂ ਕਹਿ ਤਾ, ਪਹਿਲਾਂ ਸ਼ੁਰੂਆਤ ਕਰਕੇ ਤੇ ਮਿਲ ਕੇ ਆਖਦਾ ਤੇਰੀ ਗੇਟ ਜਵਾਨ ਲੱਗੀ। ਹਾਂ ਦੱਸ ਲੈ ਵੀਰ ਆਪਣੇ ਨੂੰ, ਜਿਹੜੀ ਤੂੰ ਮੇਰੀ ਨੇਰੀ ਜਿਹੜੀ ਲਿਆ ਲਾ, ਹੈਂ ਤੂੰ ਕੀ ਕਰਾਵੇਂਗੀ ਵੀਰ ਨੂੰ ਦੱਸ ਕੇ? ਅੱਜ ਕਰਾ ਲੂੰਗੀ, ਹੋਰ ਕੀ ਕਰਾਉਣਾ, ਤੁਹਾਡਾ ਰਾਜਾ ਨਹੀਂ ਆਉਂਦਾ ਜਿਹੜਾ ਹੋਣਾ ਫਿਰ ਬੰਦਿਆਂ ਤਰ੍ਹਾਂ ਢੋਨੇ ਇਦਾਂ। ਹਾਂ ਦੱਸ ਦੱਸ ਹੁਣ ਵੀਰ ਨੂੰ ਦੱਸਣਾ, ਹਾਂ ਜਿਹੜੀ ਵੀ ਅੱਡ ਵੀ ਨਾ ਹੋਵਾਂ, ਹੁਣ ਤੂੰ ਮੈਨੂੰ ਘਰੋਂ ਕਢਾ, ਉਹਦੇ ਕੋਲੋਂ ਪੀਤੀ ਜਾ ਕੇ ਤੇ ਉਹਦਾ ਗੱਲ ਕਰੇਂਗੀ ਵੀਰ ਨੇ ਅੱਡ ਪਕਾ ਲਈਆਂ, ਆਹੋ ਤੂੰ ਕਢਾ, ਕੱਲੀ ਵਸਾਂ ਕੱਲੀ ਖਾਵਾਂ ਕੱਲੀ ਪੀਵਾਂ, ਹੈਂ ਕੱਲੀ ਖਾਊਂਗੀ ਘਰ ਦਾ ਖਾਣਾ ਨੀ, ਤੇ ਤਾਂ ਜਿਉ ਦਫਾ ਨਹੀਂ ਆਪਣਾ ਪਾਣੀ, ਆ ਭੁੱਲ ਭੱਲ ਨਿਆਣਿਆਂ ਦਾ ਤਾਂ ਬਸ ਕਰਿਆ ਕਰ, ਤੈਨੂੰ ਬਹੁਤੀਆਂ ਗੱਲਾਂ ਆਉਂਦੀਆਂ, ਤੇ ਪਿਓ ਦਾ ਤੁਹਾਡੇ ਪਿਓ ਦਾ ਨਹੀਂ ਖਾਦੀ, ਆਪਣੇ ਘਰ ਵਾਲੇ ਦਾ ਖਾਣੀ ਉਹਦੀ ਗੱਲਾਂ ਨਾ ਕਰ, ਚੱਲ ਮੇਰੇ ਪਿਓ ਤੱਕ ਨਾ ਜਮੀ ਗੱਲ, ਆਪਣੇ ਤੱਕ ਆਪਣੇ ਤੱਕ ਰੱਖ, ਉਹਨਾਂ ਤੱਕ ਕਿਉਂ ਜਾਣੀ ਹੈ ਤੂੰ? ਤੇ ਜਾਣਾ ਪਊਗਾ ਤੇ ਜਾਊਂਗੀ, ਤੁਸੀਂ ਇੰਨੇ ਵੱਡੇ ਹੋ ਕੇ ਮੈਨੂੰ ਗੱਲਾਂ ਕਰਦੇ ਹੋ ਮਨ ਸਮਾਨੀਆਂ। ਚੱਲ ਠੀਕ ਆ, ਅੱਜ ਦੀ ਰੋਟੀ ਤੂੰ ਪਕਾ, ਮੈਂ ਇਹਨੂੰ ਪੜਾਵਾਂ, ਉਹਨੂੰ ਕਿਉਂ ਤਮਾਸ਼ਾ ਪਕਾਉਂਦੇ, ਕਿਉਂ ਉਹਦੀਆਂ ਅੰਦਰਾਂ ਲੂਣੀਆਂ, ਮਾਂ ਉਹਦੀ ਬੈਠੇ ਬਿੱਟ ਨਾ ਬਈ, ਕਿਉਂ ਤਮਾਸ਼ਾ ਪਕਾ, ਉਹਨੇ ਕਿਹੜੇ ਗੋਡੇ ਦੇ ਸਿਰ ਤੇ ਰੱਖ ਕੇ ਰੋਣਾ, ਹੈਂ ਉਹਨੂੰ ਕੀ ਸਾੜਦੀਆਂ, ਉਹਦੇ ਹੁੰਦੇ ਆ ਤੇ ਪਕਾ ਕੇ ਜੁੜ ਮੈਂ ਰਾਤ ਨੂੰ ਬਹਿ ਕੇ ਗੱਲ ਕਰ ਲਾਂਗੀ, ਬਹਿ ਕੇ ਅੱਡ ਅੱਡ ਹੀ ਹੋਣਾ ਮਨਾ, ਅੱਡ ਬੰਦਿਆਂ ਤਰ੍ਹਾਂ ਹੋਈਏ, ਇੱਦਾਂ ਚ ਲੋਕਾਂ ਨੂੰ ਤਮਾਸ਼ਾ ਵਿਖਾਉਣਾ ਹੀ ਅੱਡ ਹੋਈਆਂ, ਜੋ ਹੋ ਗਿਆ ਪਿੱਛੇ ਜਿੰਨੀ ਵੀ ਠੀਕ ਠੀਕ ਕਰ ਦੇ, ਸਾਰੀ ਦੁਨੀਆਂ ਹੁੰਦੀ ਹੈ, ਤੂੰ ਉਦੋਂ ਦਾ ਕਹਿ ਦਿੰਦੀ ਅੱਡ ਹੋਣਾ, ਮੈਂ ਉਦੋਂ ਦਾ ਅੱਡ ਕਹਿ ਦਿੰਦੀ, ਫਿਰ ਕਿਹੜੀ ਗੱਲ ਸੀ, ਤੂੰ ਆਪਣਾ ਖਾਣਾ ਮੈਂ ਆਪਣਾ ਖਾਣਾ, ਤੂੰ ਤਾਂ ਕਹਿ ਦੋ ਨਾ ਅੱਡ ਹੋਣ ਤੋਂ ਲੱਗਦਾ ਮੈਨੂੰ ਡਰ, ਮੇਰੇ ਤੋਂ ਕੰਮ ਨਹੀਂ ਹੋਣਾ ਕੱਲੀ ਹਣਾ, ਨਾ ਪ੍ਰੀਤ ਅੱਗੇ ਮੈਂ ਕੁਰਸੀ ਤੇ ਬਹਿ ਕੇ ਖਾਣ ਦਈ ਆ ਵੀ ਮੈਂ ਤੋਂ ਆਪ ਨਹੀਂ ਹੋਣਾ, ਇਹੋ ਜਿਹੀ ਗੱਲਾਂ ਤੂੰ ਕਿਹੋ ਜਿਹੀਆਂ ਕਰ ਦਈ, ਇੱਕ ਰੋਟੀ ਸਾਰੀ ਉਮਰ ਮੈਂ ਸਿਰ ਤੇ ਚੜ੍ਹੀਆਂ, ਇੱਕ ਲੋਕੀ ਜੇ ਮੈਂ ਨਹੀਂ ਲੋਕੀ ਲਾ ਲਓ ਆਪਣੀਆਂ, ਉਦੋਂ ਵੀ ਤਾਂ ਮੈਂ ਖਾਧੀ, ਜਦੋਂ ਕੋਈ ਆ ਸੀ ਪਹਿਲਾਂ ਮੇਰੀ ਆਈ, ਜਦੋਂ ਰਸੋਈ ਮੇਰੀ ਜੇ ਮੈਨੂੰ ਦੱਸ ਦੇ ਵੀ ਆਪਣੀ ਰੋਟੀ ਆਪੇ ਲਾ ਲਓ, ਹੱਦ ਕਰੀ ਜਾਂਦੀ, ਦੱਸ ਵੀ ਤੂੰ ਉਹਦੇ ਖੁੱਲ ਕੇ ਤੇ ਪਕਾ ਦੋ, ਉਹਨੂੰ ਤਾਂ ਰੋਟੀ ਖਵਾਈਏ ਵਿੱਚੋਂ, ਰਾਤੀ ਤੇ ਰਾਤੀ ਅੱਧੀ ਰਾਤ ਆਪਾਂ ਉਹਨੂੰ ਰੋਟੀ ਖਵਾਈ ਤਾਂ ਲੋਲ ਨਾ ਰੋਟੀਆਂ ਲਾਈਆਂ ਨਾ ਹੋਰ, ਅੱਜ ਵੀ ਉਹੀ ਤਮਾਸ਼ਾ ਵਿਖਾ ਤਾ ਇੰਨੀ, ਦੱਸ ਤੂੰ ਤਾਂ ਰੋਟੀ ਖਵਾ, ਆਪ ਨੂੰ ਪਤਾ ਹੀ ਆ ਵੀ ਉਹ ਕਿੰਨਾ ਕੁ ਲਾਗੂ ਕਰ ਦਿੰਦੇ ਆ, ਜਿਹੜੇ ਫੁਲਕਾ ਖਾਓ ਇੱਦਾਂ ਦੀ
ਤੁਹਾਡੇ ਸਾਹਮਣੇ ਖਾ ਲੋ ਤੁਸੀਂ ਰੋਟੀ। ਸਬਜ਼ੀ ਕਿੰਨੇ ਬਣਾਈ? ਇੰਨਾ ਲੂਣ ਵਿੱਚ ਪਾਇਆ ਵਾ। ਪ੍ਰੀਤ ਨੇ ਬਣਾਈ ਸੀ ਸਬਜ਼ੀ, ਚੱਜ ਨਾਲ ਸਬਜ਼ੀ ਬਣਾ ਕੇ ਤੇ ਕੋਈ ਖੀਰਾ ਖੂਰਾ ਟਮਾਟਰ ਮੁਟਰ ਚੀਰ ਕੇ ਚੱਜ ਨਾਲ ਰੋਟੀ ਫੜਾਓ, ਸਦਾ ਮੈਂ ਤੁਹਾਡੇ ਘਰ ਬੈਠੀ ਰਹਿਣਾ। ਮੈਂ ਤੇ ਆਪ ਹੀ ਦੀਦੀ ਆਖਣ ਦਈ ਆ ਵੀ ਉਹ ਦੱਸ ਵੀ ਹੁਣ ਲਾਗੂ ਕਰੇ ਤੁਹਾਡੇ ਸਾਹਮਣੇ, ਅੱਧੀ ਰਾਤ ਮੈਂ ਡੰਗਰਾਂ ਆਲੂ ਆਈ ਆ, ਹੁਣ ਤਾਂ ਅਸੀਂ ਕਾਲੇ ਪਈ ਜਾਂਦੇ ਚੱਲ ਪੰਮਾ ਜੋ ਮੈਂ ਬਣਾ ਦੇਣੀ, ਫਿਰ ਕਿਹੜੀ ਗੱਲ ਬਣਾਉਂ। ਪੰਮਾ ਮੇਰੇ ਸਿਰ ਕਾਹਦਾ ਸਹਾਰ ਕਰ ਦੇਗਾ ਜੀ, ਮੈਂ ਤੇ ਅੱਜ ਦੀ ਰਾਤ ਸਵੇਰੇ ਮੈਂ ਆਪਣੇ ਘਰ ਚਲ ਜਾਣਾ, ਮੈਂ ਕਿਤੇ ਤੁਹਾਡੇ ਕੋਲ ਮੈਂ ਬੈਠੀ ਰਹਿਣਾ ਇੱਥੇ? ਰੋਟੀ ਫੜਾਉਂਗੀ ਨਹਾਉਣ ਵੜ ਗਈ ਨਾ, ਪਕਾਈਆਂ ਹੀ ਪਕਾਈਆਂ ਵੀ ਮਈ ਹੋਈ ਤੁਹਾਡੇ ਸਾਹਮਣੇ, ਤੂੰ ਕਹੀ ਵੀ ਮੇਰੇ ਤੋਂ ਨੀ ਹੁੰਦਾ, ਜਦੋਂ ਅੱਡ ਹੋ ਗਏ ਤੇ ਉਦੋਂ ਸਭ ਕੁਛ ਕਰਨਾ, ਆਪਣੇ ਘਰ ਦੇ ਨਾਲ ਦੇ ਨਾਲ ਕਰ ਗੱਲ, ਮੈਂ ਅੱਜ ਤੁਹਾਡਾ ਵੀ ਕੰਡਾ ਕੱਢਾ। ਸਾਰੀਆਂ ਚੀਜ਼ਾਂ ਪੂਰੀਆਂ ਹੋਣਗੀਆਂ ਦੀਦੀ, ਦੋ ਚਕਲੇ ਵੇਨੇ, ਦੋ ਸਭ ਕੁਛ ਪਰਾਤਾਂ, ਅੱਡ ਕੇ ਗੱਲਾਂ ਨਾਲ ਥੋੜੀ ਹੋਇਆ ਜਾਣਾ। ਚਕਲੇ ਵੇਲਣੇ ਨਾ ਹੁਣ ਕੇ ਵਾਧੂ ਲਿਆ ਦੂੰਗੀ, ਜਿੰਨੇ ਆਖੋਗੇ ਉਨੇ ਲਿਆ ਦੂੰਗੀ, ਜਿਹੜਾ ਕੰਮ ਸੋਇਆ ਜੇ ਕਰ ਦੋ ਹੁਣ ਫਿਰ। ਆਹ ਹੁਣ ਫਿਰ ਹੁਣੇ ਪਹਿਲਾਂ ਹੱਦ ਫੜ ਕਰ ਨਹੀਂ, ਆਪ ਨਹਾਤੀ ਤੇ ਕੁੜੀ ਜੀ ਮਾਸਾ ਜੀ ਨੇ ਨਵਾ ਦਿੱਤੀ, ਤਰੀਕਾ ਕਿੱਥੋਂ ਲਿਆਪੇ? ਅੱਗੇ ਤਾਂ ਨਹੀਂ ਕਰਦੀ ਆ, ਪਤਾ ਦਿਨੋਂ ਦਿਨ ਕੀ ਹੁੰਦਾ ਲੱਗ ਗਈ ਗੱਲ ਦਾ, ਰੋਟੀ ਚੱਜ ਨਾਲ ਲਿਆ ਸਲਾਸ ਨੂੰ ਚੀਰ ਕੇ, ਨਾਲੇ ਮੈਂ ਨੀ ਆ ਕੜੀ ਖਾਣਾ ਖਾਣੀ ਉਤਰਾ ਮਾਣ ਮਾਣ ਲੂਣ ਸੁੱਟਿਆ ਵਿੱਚ, ਉਹਨੇ ਫਿਰ ਗੁੱਸੇ ਦੀ ਮਾਰੀ ਨਾਲ ਲੂਣ ਨੀ ਸੁੱਟ ਦਿੱਤਾ ਵਿੱਚ ਸਬਜ਼ੀ ਤੇ। ਦੱਸ ਕੁੜੇ ਅੱਜ ਰੋਟੀ ਵੀ ਨੀ ਚੱਜ ਨਾਲ ਦਿੱਤੀ ਗੀ, ਕੱਲ ਮਾਸਾ ਕੁ ਮਟਰ ਪਨੀਰ ਬਣਾ ਦਿੱਤੇ ਆ, ਸੇਵੀਆਂ ਬਣਾ ਤੇ, ਅੱਜ ਕੱਖ ਵੀ ਨੀ। ਚੱਜ ਦੀ ਰੋਟੀ ਲਿਆਓ, ਮੈਂ ਨੀ ਖਾਣੀ, ਇਹਦਾ ਨੇ ਮੈਂ ਭੁੱਖੀ ਸੌਂ ਜਾਊਂਗੀ, ਰਸੋਈ ਚ ਵੜ ਗਈ, ਮੈਨੂੰ ਹੀ ਜਾਣਾ ਪੈਣਾ ਵਾ। ਹੁਣ ਬਣਾਏਗੀ ਕੁਛ ਪਵੋ ਕਿ ਨਹੀਂ? ਤੁਸੀਂ ਐ ਕਰੋ, ਤੁਸੀਂ ਵੀ ਨਾਲ ਨੂੰ ਲਓ ਕਰਨੀ ਹੈ ਸਵੇਰ ਦੀ, ਤੇ ਮੈਂ ਵੀ ਨਾਲ ਨਾਲ ਇਹਨੂੰ ਦਵਾ ਦਿਆ, ਫਿਰ ਮੈਂ ਬਣਾ ਦੇਣੀ। ਚੱਲ ਠੀਕ ਹੈ, ਕੋਈ ਨੀ, ਤੁਹਾਡੇ ਭਾਰਾ ਰੋਣ ਦੇ, ਹਾਂ ਕੋਈ ਨੀ ਰੋਣ ਦੇ, ਮੈਂ ਦਵਾ ਦੇ ਫਿਰ ਮੈਂ ਨਾ ਵਾ, ਠੀਕ ਹੈ ਫਿਰ ਮੈਂ ਤੁਹਾਨੂੰ ਬਣਾ ਦੇਣੀ। ਠੀਕ ਠੀਕ, ਹਾਂ ਚਲੋ ਚਲੋ ਨਾਲ ਲੈ ਕੇ, ਦੁੱਧ ਬਾਅਦ ਪੀਣੇ ਬਹੁਤ ਨਾਲ ਲੈ ਕੇ।